ਬੋਲ ਕਾਕਾ, ਕੀ ਕੰਮ ਹੈ? ਮੇਰਾ ਨਾਮ ਬਾਬਾ ਹੈ ਜੀ, ਮੈਂ ਕੁੰਡਲਾਂ ਤੋਂ ਹਾਂ ਜੀ। ਮੇਰੀ ਸਾਹ ਸਿੱਖਣ ਦੀ ਬਹੁਤ ਰੀਝ ਹੈ ਜੀ। ਬਸ ਮੈਂ ਤੁਹਾਨੂੰ ਆਪਣਾ ਉਸਤਾਦ ਧਾਰਨਾ ਚਾਹੁੰਦਾ ਜੀ। ਨਹੀਂ ਕਾਕਾ, ਮੇਰੇ ਕੋਲ ਸਾਜ ਸਿਖਾਉਣ ਦੀ ਵਿਹਲ ਨਹੀਂ ਹੈਗੀ, ਤੂੰ ਜਾ ਆਪਣਾ। ਬਾਈ ਬਾਈ, ਦੋ ਤਿੰਨ ਦਿਨ ਦਾ ਭੁੱਖਾ ਹੋਏਗਾ ਬਾਈ, ਤੂੰ ਰੋਟੀ ਖਾ ਲਾ ਬਾਈ, ਆ ਲੈ ਬਾਈ। ਡਟਿਆ ਰਹੀ ਬਾਈ। ਉਹ ਜੋ ਨਾ ਤੂੰ ਗਿਆ ਨੀ ਭਗਤੂ ਕੋਲ? ਮੈਂ ਭਗਤੂ ਉਸਤਾਦ ਕੋਲ ਗਿਆ ਸੀ ਜੀ, ਉਸਤਾਦ ਜੀ ਕਹਿੰਦੇ ਮੇਰੇ ਕੋਲ ਵਿਹਲ ਨੀ ਹੈਗੀ। ਤੂੰ ਮੇਰੇ ਨਾਲ ਚੱਲ, ਮੈਂ ਕਰਦਾ ਕੱਲ ਗੱਲ। ਐ ਕਿਵੇਂ ਯਾਰਾ ਮੇਰਾ, ਹੈ? ਮੈਂ ਕਰਦਾ ਗੱਲ, ਤੂੰ ਆ, ਹੈ ਮੇਰਾ ਬਚਪਨ ਦਾ। ਸਵੇਰੇ ਚੱਲਦੇ, ਘਬਰਾ ਨਾ, ਆ ਜਾ ਭਗਤੂ। ਭਗਤੂ ਯਾਰਾ, ਮੁੰਡੇ ਬਾਰੇ ਸੋਚ ਕੁਛ, ਬੜਾ ਸ਼ਰੀੜੀ ਹੈ, ਸ਼ਗਿਰਦ ਬਣਾ ਲਾ ਇਹਨੂੰ, ਮੈਂ ਬੜਾ ਮਾਣ ਨਾਲ ਲੈ ਕੇ ਆਇਆ ਇਹਨੂੰ। ਕਾਕਾ, ਐਂ ਹਿੰਡਾਂ ਕਰਕੇ ਕਲਾ ਸਾਧਨਾ ਹੁੰਦੀ ਹੈ? ਮੈਂ ਤੈਨੂੰ ਉਦਣ ਵੀ ਕਿਹਾ ਸੀ ਮੇਰੇ ਕੋਲ ਸਿਖਾਉਣ ਦੀ ਵਿਹਲ ਨਹੀਂ ਹੈਗੀ, ਅਤੇ ਨਾਲੇ ਤੂੰ ਇੱਕ ਡਰਾ ਫੜਿਆ। ਜੋ ਅੱਜ ਕੱਲ੍ਹ ਚੱਲਦਾ ਹੈ ਨਾ, ਉਹ ਸਿੱਖ ਸਿਖਾਉਣ ਵਾਲੇ ਵੀ ਬਥੇਰੇ ਹੈ, ਸਿੱਖ ਵੀ ਜਾਵੇਗਾ, ਚਾਰ ਪੈਸੇ ਵੀ ਬਣਦੇ ਹੈ। ਆਹ ਲਗੋਜ਼ਿਆਂ ਨਾਲ ਘਰ ਨਹੀਂ ਚੱਲਦੇ। ਨਹੀਂ ਉਸਤਾਦ ਜੀ, ਮੈਂ ਤਾਂ ਲਗੋਜ਼ੀ ਸਿੱਖਣੇ ਹੈ ਜੀ। ਓਏ, ਇੰਨਾ ਸੌਖਾ ਨਹੀਂ ਹੈਗਾ ਇਹ, ਜਿੰਨਾ ਸ਼ੁਰੂ ਕਰਨਾ ਸੌਖਾ ਹੈ ਨਾ, ਨਿਭਾਉਣਾ ਓਨਾ ਹੀ ਔਖਾ ਹੈ। ਸਿੱਖਣ ਲਈ ਨਾ ਉਮਰਾਂ ਲੰਘ ਜਾਂਦੀਆਂ, ਘੋਰ ਤਪੱਸਿਆ ਕਰਨੀ ਪੈਂਦੀ ਹੈ। ਕਰ ਲੇਗਾ? ਓਏ ਕਰ ਲੇਗਾ। ਹਾਂਜੀ ਉਸਤਾਦ ਜੀ, ਕਰ ਲੂੰਗਾ। ਚੰਗਾ, ਆ ਜਾ ਕਰੀ ਫਿਰ। ਚੱਲ। ਆਪਣੇ ਸਾਹਾਂ ਦੀ ਆਵਾਜ਼ ਸੁਣੀ ਆ ਕਦੇ? ਨਹੀਂ ਉਸਤਾਦ ਜੀ। ਸਾਜ਼ ਸਿੱਖਣ ਲਈ ਨਾ ਸਾਹਾਂ ਨੂੰ ਪਲਟਾਉਣਾ ਪੈਂਦਾ। ਠੀਕ ਹੈ ਉਸਤਾਦ ਜੀ। ਆਪਣੇ ਸਾਹ ਦੇਣੇ ਪੈਂਦੇ। ਠੀਕ ਹੈ ਜੀ।